ਜੇਕਰ ਧੂਰੀ ਦੀ ਗੱਲ ਕਰਦੇ ਹਾਂ ਤਾਂ ਉੱਥੇ ਸੋਸ਼ਲ ਡਿਸਟੈਂਸਿੰਗ ਦੀਆਂ ਤਜੀਆਂ ਉੱਡਦੀਆਂ ਨਜ਼ਰ ਆਈਆਂ ਨੇ। ਪ੍ਰਵਾਸੀ ਮਜ਼ਦੂਰਾਂ ਦੇ ਫਾਰਮ ਭਰਨ ਦੇ ਲਈ ਨਗਰ ਕੌਂਸਲ ਦੇ ਦਫ਼ਤਰ ਵਿੱਚ ਇੱਕਾ ਦੁੱਕਾ ਕਰਮਚਾਰੀ ਕੰਮ ਕਰਦੇ ਨਜ਼ਰ ਆਏ, ਪਰ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰੀਏ ਤਾਂ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਨਜ਼ਰ ਆਈਆਂ ਨੇ। ਇਸ ਮੌਕੇ ਪੁੱਛੇ ਪੁਲਿਸ ਅਧਿਕਾਰੀ ਨੇ ਸਾਡੀ ਟੀਮ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਨਗਰ ਕੌਂਸਲ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਇਹ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਆਸਰੇ ਨੂੰ ਲੈ ਕੇ ਕਰੋਨਾ ਵਾਇਰਸ ਦੀ ਜਿਹੜੀ ਗੱਲ ਹੈ ਧੱਜੀਆਂ ਉੱਡ ਰਹੀ ਨੇ, ਇੱਥੇ ਕੀ ਕਹੋਗੇ ਤੁਸੀਂ ਅੱਜ ਮੌਕੇ 'ਤੇ ਆਏ ਹੋ? ਅਸੀਂ ਤਾਂ ਜੀ ਰਾਊਂਡ ਲਾ ਰਹੇ ਸੀਗੇ, ਮੈਂ PCR ਦੇ ਵਿੱਚ ਤੈਨਾਤ ਹਾਂਗਾ, ਅਸੀਂ ਤਾਂ ਸ਼ਹਿਰ ਦਾ ਰਾਊਂਡ ਲਾ ਰਹੇ ਸੀਗੇ। ਜਦੋਂ ਅਸੀਂ ਸ਼ਹਿਰ ਦੇ ਰਾਊਂਡ ਲਾ ਕੇ ਨਗਰ ਕੌਂਸਲ ਦੇ ਦਫ਼ਤਰ ਦੇ ਕੋਲ ਆਏ ਤਾਂ ਅਸੀਂ ਦੇਖਿਆ ਵੀ ਇੱਥੇ ਇਕੱਠ ਹੈਗਾ। ਅਸੀਂ ਅੰਦਰ ਜਿਹੜੇ ਇਹਨਾਂ ਦੇ ਅਧਿਕਾਰੀ ਬੈਠੇ ਨੇ ਉਹਨਾਂ ਨੂੰ ਇਕੱਠ ਬਾਰੇ ਪੁੱਛਿਆ ਗਿਆ ਵੀ ਇਹ ਇਕੱਠ ਕਾਹਦਾ ਹੈਗਾ। ਇਹ ਕਹਿੰਦੇ ਵੀ ਜਿਹੜੇ ਆਊਟ ਆਫ ਸਟੇਟ ਇਹਨਾਂ ਨੇ ਜਾਣਾ, ਇਹਨਾਂ ਦੇ ਪਾਸ ਬਣ ਰਹੇ ਨੇ, ਪਰ ਇਹਨਾਂ ਨੇ ਸਾਡੇ ਥਾਣੇ ਦੇ ਵਿੱਚ ਕੋਈ ਲਿਖਤੀ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਅਸੀਂ ਇੱਥੇ ਪਾਸ ਬਣਾ ਰਹੇ ਹਾਂਗੇ, ਵੀ ਇੱਥੇ ਇਕੱਠ ਹੋਊਗਾ ਦੋ ਮੁਲਾਜ਼ਮ ਲਾ ਦਿਓ। ਇਹਨਾਂ ਨੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ, ਅਸੀਂ ਹੁਣ ਆਏਗੇ ਇਹਨਾਂ ਦਾ ਅਸੀਂ ਪਾਸ ਦਾ ਦਰੁਸਤ ਕਰਾ ਰਹੇ ਹਾਂ। ਸਰ ਕੀ ਚਾਹੀਦਾ ਸੀ ਇਹ ਨਗਰ ਕੌਂਸਲ ਦੇ ਅਧਿਕਾਰੀ ਜਾਂ ਪ੍ਰਸ਼ਾਸਨ ਵੱਲੋਂ ਲਿਖਤੀ ਰੂਪ ਦੇ ਵਿੱਚ ਥਾਣੇ 'ਚ ਇਨਫੋਰਮੇਸ਼ਨ ਦੇਣ ਦਾ? ਬਿਲਕੁਲ ਚਾਹੀਦਾ ਸੀਗਾ ਜੀ, ਇਹਨਾਂ ਨੂੰ ਨਗਰ ਕੌਂਸਲ ਨੂੰ ਲਿਖ ਕੇ ਦੇਣਾ ਚਾਹੀਦਾ ਸੀਗਾ ਵੀ ਇੱਥੇ ਇੰਨਾ ਇਕੱਠ ਹੋ ਸਕਦਾ, ਇਹ ਹੋ ਸਕਦਾ ਬਣਾ ਰਹੇ ਨੇ ਵੀ ਕਿੰਨੇ ਦਿਨ ਲੱਗਣਗੇ ਇਹਨਾਂ ਨੂੰ ਪਾਸ ਬਣਾਉਣ ਵਾਸਤੇ, ਇਹਨਾਂ ਨੂੰ ਲਿਖਤੀ ਰਿਪੋਰਟ ਦੇਣੀ ਚਾਹੀਦੀ ਸੀ ਥਾਣੇ 'ਚ ਜੀ। ਤਾਂ ਥਾਣੇ ਦੇ ਜਿਹੜੇ ਸਾਡੇ ਸੰਬੰਧਿਤ ਅਫਸਰ ਨੇ ਗੇ ਉਹ ਇੱਥੇ ਮੁਲਾਜ਼ਮਾਂ ਦੀ ਬਿਲਕੁਲ ਡਿਊਟੀ ਲਾਉਂਦੇ ਤਾਂ ਜਿਹੜਾ ਇਹਨਾਂ ਦਾ ਫਾਸਲਾ ਦਰੁਸਤ ਰੱਖਿਆ ਜਾਵੇ, ਕਰੋਨਾ 'ਤੇ ਆਪਾਂ ਕਾਬੂ ਪਾ ਸਕੀਏ। ਸਰ ਤੁਸੀਂ ਮੰਨਦੇ ਹੋ ਮਤਲਬ ਕਿ ਜਿਹੜੀ ਇਹ ਪ੍ਰਸ਼ਾਸਨ ਦੀਆਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ? ਬਿਲਕੁਲ ਜੀ, ਤਾਂ ਨਾਲ ਨਾਲ ਲੱਗੇ ਖੜੇ ਸੀਗੇ, ਅਸੀਂ ਆ ਕੇ ਇਹਨਾਂ ਨੂੰ ਹਜੇ ਦੂਰ ਦੂਰ ਕਰਾ ਰਹੇ ਹਾਂਗੇ ਵੀ ਤੁਸੀਂ ਆਪਦਾ ਫਾਸਲਾ ਰੱਖੋ, ਬਿਲਕੁਲ ਨਾਲ ਨਾਲ ਲੱਗੇ ਖੜੇ ਸੀਗੇ। ਕਿਆ ਨਾਮ ਆਪਕਾ? ਆਪ ਯਹਾਂ ਪੇ ਲਾਈਨ ਮੇ ਖੜੇ ਹੋ ਕਿਆ ਕਰਨੇ ਹੋ? ਫਾਰਮ ਭਰਨਾ। ਕਿਸਕਾ? ਕੀ ਚੀਜ਼ ਕਾ ਫਾਰਮ ਭਰਨਾ ਹੈ? ਘਰ ਜਾ। ਕੀ ਆਪਕੋ ਚਾਹੀਦਾ ਨਹੀਂ ਮਤਲਬ ਕਿ ਆਪ ਨਾਲ ਨਾਲ ਸਾਥ ਸਾਥ ਖੜੇ ਹੋ ਅਲੱਗ ਅਲੱਗ ਕੋਲ? ਫਿਰ ਇਹੀ ਗੱਲ ਕਹਿਣਾ ਚਾਹੁੰਦਾ, ਸਾਰਿਆਂ ਨਾਲੋਂ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਕੀ ਇਸ ਗੱਲ 'ਤੇ ਕੋਈ ਗੌਰ ਨਹੀਂ ਹੋ ਰਹੀ? ਇੱਕ ਪਾਸੇ ਸਰਕਾਰ ਕਹਿ ਰਹੀ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਇਹਨਾਂ ਦੇ ਘਰੇ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ, ਪਰ ਜਦੋਂ ਅਸੀਂ ਉਰੇ ਆਏ ਸਾਨੂੰ ਵੀ ਹੁਣੇ ਪਤਾ ਲੱਗਿਆ, ਜਦੋਂ ਉਰੇ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਇਹ ਕਹਿੰਦੇ ਸਾਨੂੰ ਵੀ ਕੋਈ ਖਬਰ ਨਹੀਂ ਹੋ ਰਹੀ। ਔਰ ਜਦੋਂ ਮੈਂ ਕਮਿਊਨਿਟੀ ਜਾ ਕੇ ਦੇਖਦਾ ਇੱਥੇ ਵੈਸੇ ਤਾਂ ਮੁਲਾਜ਼ਮ ਬਹੁਤ ਨੇ, ਪਰ ਅੱਜ ਇੱਥੇ ਸਿਰਫ 2 ਜਾਂ 3 ਮੁਲਾਜ਼ਮ ਜਿਹੜੇ ਕੰਮ ਕਰ ਰਹੇ ਨੇ ਫਾਰਮ ਭਰਾਉਣ ਵਾਸਤੇ, ਮੇਰਾ ਖਿਆਲ ਵੀ ਨਾਲ ਲਗਭਗ 300 ਤੋਂ 400 ਬੰਦਾ ਤੇ ਖੜਾ ਹੋਊਗਾ। ਔਰ ਸੋਸ਼ਲ ਜਿਹੜਾ ਆਪਣਾ ਜਿਹੜੀ ਦੂਰੀ ਬਣਾਉਣ ਦਾ ਦੱਸਿਆ ਉਹਨਾਂ ਨੂੰ ਪੂਰੀਆਂ ਧੱਜੀਆਂ ਉਡਾ ਰਹੇ ਨੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, AO ਸਾਹਿਬ ਤੋਂ ਮੰਗ ਕਰਦੇ ਫੌਰਨ ਤੋਂ ਫੌਰਨ ਇੱਥੇ ਪੂਰੇ ਦੇ ਪੂਰੇ ਸਟਾਫ ਨੂੰ ਲਾਇਆ ਜਾਵੇ ਔਰ ਹਰ ਇੱਕ ਕਮਰੇ ਵਿੱਚ ਬੰਦੇ ਬਿਠਾਏ ਜਾਣ ਤਾਂ ਜੋ ਇਹ ਕੰਮ ਜਲਦੀ ਨਿਪਾਰੇ ਚੜ੍ਹਾ ਜਾਵੇ। ਸਾਨੂੰ ਪਤਾ ਲੱਗ ਰਿਹਾ ਕੌਣ ਕਿੱਥੋਂ ਆਇਆ, ਜਿਹੜੀ ਚੀਜ਼ ਨੂੰ ਅਸੀਂ ਦੂਰ ਰੱਖਣਾ ਚਾਹੁੰਦੇ ਹਾਂ ਉਹ ਸਾਡੇ ਨੇੜੇ ਆ ਰਹੀ ਹੈ, ਜਦਕਿ ਸਾਡੇ ਜ਼ਿਲ੍ਹੇ ਵਿੱਚ ਸਾਡੀ ਤਹਿਸੀਲ ਦੇ ਵਿੱਚ 6-7 ਕੇਸ ਨੇ। ਪਹਿਲਾਂ ਕੋਈ ਨਹੀਂ ਸੀ, ਅਸੀਂ ਕਹਿੰਦੇ ਵਾਹ ਜੀ ਵਾਹ ਅਸੀਂ ਠੀਕ ਹੈ, ਹੁਣ 7 ਨੇ, ਹੁਣ ਹੋਰ ਜ਼ਿਆਦਾ ਧੱਜੀਆਂ ਉਡਾਉਣ ਨੂੰ ਫਿਰਦੇ ਆ, ਦੇਖ ਲਓ ਤੁਸੀਂ ਮਾਰ ਕੇ ਦੇਖੋ ਕੈਮਰਾ ਚਾਰੋਂ ਪਾਸੇ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ, ਮੰਗ ਕਰਦੇ ਹਾਂ ਸਰਕਾਰ ਤੋਂ ਵੀ ਜਦੋਂ ਇਹਨਾਂ ਦਾ ਕੋਈ ਬੰਦੋਬਸਤ ਕੀਤਾ ਜਾਵੇ ਜਾਂ ਫਿਰ ਇੱਥੇ ਸਟਾਫ ਵੀ ਪੂਰੇ ਦਾ ਪੂਰਾ ਸਟਾਫ ਲਾ ਕੇ ਇਹਨਾਂ ਨੂੰ ਕੰਮ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ। ਅਸੀਂ ਕਹਾਂਗੇ ਮਤਲਬ